इंडियन मेडिकल एसोसिएशन ने मनाया विरोध दिवस, बचाने वाले को बचाओ। इंडियन मेडिकल एसोसिएशन मुख्यालय नई दिल्ली द्वारा राष्ट्रीय व्यापी रोष प्रदर्शन के निर्देश अनुसार इंडियन मेडिकल एसोसिएशन पटियाला के बैनर अधीन स्थानीय इकाई के सभी सदस्यों, डॉक्टरों और उनके अस्पतालों पर जो हमले हुए हैं तथा उनको रोकने में केंद्रीय और राज्य सरकारों की असफलता के विरोध में रोष प्रदर्शन किया गया। डॉक्टरों ने काले बैच पहने और उनके साथ दुर्व्यवहार, हिंसा और अस्पतालों में तोड़फोड़ के लिए दोषियों खिलाफ तत्काल कार्रवाई की मांग की। महामारी के दौरान चिकित्सा सेवाओं को जारी रखते हुए सभी डॉक्टरों ने लगन से काम किया, लेकिन उनके साथ अस्पतालों में हुई हिंसा के खिलाफ बैनर प्रदर्शित कर व काला बैज लगाकर सरकार को उनकी असुरक्षा का एहसास करवाया व सख्त कदम उठाने की गुहार लगाई। केंद्रीय अस्पताल और चिकित्सा सुरक्षा IPC और CRPTC टैग के साथ प्रत्येक अस्पताल की सुरक्षा बढ़ाएं, अस्पतालों को सेफ जोन घोषित किया जाए, हमले के दोषियों को शीघ्र और कड़ी से कड़ी सजा मिलनी चाहिए। विरोध प्रदर्शन में मेडिकल छात्रों, मेडिकल कॉलेज, शिक्षक संघ और सभी निजी व स्वास्थ्य विभागों के डॉक्टरों ने भाग लिया। ਨੈਸ਼ਨਲ ਲੈਵਲ ਤੇ IMA ਦੀ ਕਾਲ ਹੈ, ਪ੍ਰੋਟੈਸਟ ਹੈ। ਇਹ ਇੱਕ ਸਾਡੀ ਜੋ ਡਾਕਟਰਸ ਦੇ ਅਗੇਂਸਟ ਅਸੋਲਟ ਹੁੰਦਾ, ਜੋ ਮਾਰ ਕੁਟਾਈ ਹੁੰਦੀ ਹੈ ਜਾਂ ਮਿਸਬਿਹੇਵ ਹੁੰਦਾ, ਉਹਦੇ ਅਗੇਂਸਟ ਇੱਕ ਰੋਸ਼ ਪ੍ਰਗਟ ਕੀਤਾ ਗਿਆ। ਅਤੇ ਸਾਡਾ ਇਹ ਜਨਤਾ ਨੂੰ ਇੱਕ ਤਰ੍ਹਾਂ ਦੀ ਰੋਸ਼ ਵੀ ਹੈ ਅਤੇ ਗੁਜ਼ਾਰਿਸ਼ ਵੀ ਹੈ ਕਿ ਡਾਕਟਰਸ ਨੂੰ ਇਨਸਾਨ ਸਮਝੋ। ਡਾਕਟਰਸ ਇਲਾਜ ਕਰ ਸਕਦੇ ਨੇ, ਜਿੰਨੇ ਸਵਾਸ ਕਿਸੇ ਦੇ ਲਿਖੇ ਨੇ ਉਹ ਰੱਬ ਦੇ ਹੱਥ 'ਚ ਨੇ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਮਰੀਜ਼ ਠੀਕ ਹੋਵੇ, ਅਤੇ ਕਿਸੇ ਨੂੰ ਵੀ ਹਾਰ ਪਸੰਦ ਨਹੀਂ। ਕਿਸੇ ਮਰੀਜ਼ ਦਾ ਠੀਕ ਹੋਣਾ ਜਾਂ ਕਿਸੇ ਦੀ ਮਰੀਜ਼ ਦੀ ਡੈਥ ਹੋਣੀ, ਉਹ ਇੱਕ ਹਾਰ ਹੈ। ਹਾਰ ਕਿਸੇ ਆਮ ਬੰਦੇ ਨੂੰ ਪਸੰਦ ਨਹੀਂ ਹੈ। ਸੋ ਜੇ ਕਿਸੇ ਨੂੰ ਕੁਛ ਹੁੰਦਾ ਹੈ ਤਾਂ ਡਾਕਟਰ ਨੂੰ ਵੀ ਅਫਸੋਸ ਹੁੰਦਾ ਹੈ। ਜਿਹਦਾ ਪਰਿਵਾਰ ਹੈ, ਜਿਹਦਾ ਨੁਕਸਾਨ ਹੈ, ਉਹ ਤਾਂ ਹੈ, ਉਹ ਤਾਂ ਉਹਨਾਂ ਵਾਸਤੇ ਤਾਂ ਬਹੁਤ ਨੁਕਸਾਨ ਹੈ। ਪਰ ਉਹਦੇ ਇਹ ਸੋਚਣਾ ਚਾਹੀਦਾ ਕਿ ਡਾਕਟਰ ਨੇ ਆਪਣੀ ਕੋਸ਼ਿਸ਼ ਕੀਤੀ ਜਿੰਨੀ ਉਹ ਕਰ ਸਕਦਾ ਸੀ। ਮਾਰ ਕੁਟਾਈ ਦਾ ਉਹਦੇ ਵਿੱਚ ਜਾਂ ਉਹਦੇ ਨਾਲ ਮਿਸਬਿਹੇਵ ਕਰਨ ਦਾ ਜਾਂ ਲੜਾਈ ਕਰਨ ਦਾ ਅਸੀਂ ਕਹਿੰਦੇ ਹਾਂ ਨਾ ਕਰੋ। ਇਹਦੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ, ਪਬਲਿਕ ਨੂੰ ਜ਼ਿਆਦਾ ਨੁਕਸਾਨ ਹੈ। ਡਾਕਟਰ ਤਾਂ ਚਲੋ ਇੱਕ ਤਰ੍ਹਾਂ ਹਾਰਟ ਹੁੰਦਾ ਹੀ ਹੈ ਦਿਲ ਤੋਂ, ਅੱਗੇ ਨੂੰ ਇਲਾਜ ਕਰਨ ਉਹਨੂੰ 10 ਮਰੀਜ਼ ਉਹਨੇ ਹੋਰ ਵੀ ਇਲਾਜ ਕਰਨੇ ਹੁੰਦੇ ਆ। ਜਦੋਂ ਇੱਦਾਂ ਦੀ ਘਟਨਾ ਵਾਪਰਦੀ ਹੈ ਤਾਂ ਉਹਦੇ ਦਿਮਾਗ 'ਤੇ ਅਸਰ ਹੁੰਦਾ, ਫਿਰ ਉਹ ਪੂਰਾ ਆਪਣੀ ਤਵੱਜੋ ਨਹੀਂ ਦੇ ਪਾਉਂਦਾ। ਸੋ ਜੇ ਇੱਦਾਂ ਹੀ ਹੁੰਦਾ ਰਿਹਾ ਤਾਂ ਲੋਕਾਂ ਨੇ ਸੀਰੀਅਸ ਮਰੀਜ਼ ਲੈਣੇ ਛੱਡ ਦੇਣੇ ਆ ਡਾਕਟਰਸ ਨੇ, ਉਹ ਫਿਰ ਵੱਡੇ ਹਸਪਤਾਲਾਂ 'ਚ ਭੇਜਣਗੇ, ਉਹਦੇ ਨਾਲ ਖਰਚਾ ਵੀ ਵਧੇਗਾ। ਮੈਂ ਇਹ ਨਹੀਂ ਕਹਿੰਦਾ ਕਿ ਵੱਡੇ ਹਸਪਤਾਲਾਂ ਦੇ ਕੋਈ ਨੁਕਸਾਨ ਨੇ, ਮੇਰਾ ਕਹਿਣ ਦਾ ਭਾਵ ਹੈ ਜੋ ਸਿੰਗਲ ਹੈਂਡਡ ਨਰਸਿੰਗ ਹੋਮ ਚੱਲ ਰਹੇ ਹੈ, ਜਿਹੜਾ ਇਕੱਲਾ ਬੰਦਾ ਚਲਾ ਰਿਹਾ, ਉਹ ਜੇ ਇੱਦਾਂ ਦੀਆਂ ਘਟਨਾਵਾਂ ਵਾਰ ਵਾਰ ਹੋਣਗੀਆਂ ਤਾਂ ਉਹ ਕੋਈ ਵੀ ਕੇਸ ਜਿਹੜਾ ਸੀਰੀਅਸ ਹੈ ਜਾਂ ਜਿਹਦੇ ਵਿੱਚ ਥੋੜ੍ਹਾ ਬਹੁਤ ਡਾਊਟ ਹੈ ਉਹ ਲੈਂਦਾ ਡਰੇਗਾ, ਉਹਨੂੰ ਰੈਫਰ ਕਰੇਗਾ, ਪੇਸ਼ੈਂਟ ਨੂੰ ਪ੍ਰੋਪਰ ਕੇਅਰ ਨਹੀਂ ਮਿਲ ਪਾਏਗੀ। ਸੋ ਮੇਰੀ ਸਾਨੂੰ ਆਪਣੀ IMA ਐਸੋਸੀਏਸ਼ਨ ਵੱਲੋਂ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਮਾਰ ਕੁਟਾਈ ਜਾਂ ਮਿਸਬਿਹੇਵ ਦਾ ਬੰਦ ਕਰੋ। ਇਹ ਜਿਹੜੇ ਵਿੱਚ ਲੋਕ ਆਉਂਦੇ ਨੇ ਵੀ ਅਸੀਂ ਫੈਸਲਾ ਕਰਾ ਦਾਂਗੇ, ਅਸੀਂ ਤੁਹਾਨੂੰ ਪੈਸੇ ਦਵਾ ਦਾਂਗੇ, ਉਹਨਾਂ ਵਾਸਤੇ ਸਾਡੇ ਵਾਸਤੇ ਰੋਸ ਹੈ। ਅਸੀਂ ਉਹਨਾਂ ਨਾਲ ਲੜਾਈ ਕਰਨ ਨੂੰ ਤਿਆਰ ਹਾਂ। ਉਹਨਾਂ ਲੋਕਾਂ ਦੇ ਬਹਿਕਾ ਵਿੱਚ ਨਾ ਆਓ, ਉਹ ਇੱਕ ਬਲੈਕਮੇਲਰ ਨੇ ਜੋ ਤੁਹਾਡੇ ਤੋਂ ਵੀ ਪੈਸੇ ਲੈਣਗੇ, ਡਾਕਟਰ ਤੋਂ ਵੀ ਪੈਸੇ ਲੈਣਗੇ। ਇਹੋ ਜਿਹੇ ਲੋਕਾਂ ਤੋਂ ਬਚੋ, ਇਹੀ ਲੜੀ। ਕਿਆ ਡਾਕਟਰ ਸਾਹਿਬ ਕੋਈ ਇਸ ਨੂੰ ਲੈ ਕੇ ਕੋਈ ਕਾਨੂੰਨ ਨਹੀਂ ਬਣਾਇਆ ਕੋਈ ਇਸ ਦੇ ਬਾਰੇ? ਕਾਨੂੰਨ ਬਣਿਆ ਹੈ ਪਰ ਉਹ ਸੈਂਟਰ ਲੈਵਲ ਤੇ CRPC ਨਹੀਂ ਬਣਿਆ। IPC ਹੈ, ਉਹਦੇ ਚ ਹੈ ਕਿ ਤੁਹਾਨੂੰ 50,000 ਤੱਕ ਦਾ ਜੁਰਮਾਨਾ ਜਾਂ 6 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਪਰ ਉਹਦੇ ਵਿੱਚ ਜੋ ਆਪਣਾ ਸਿਸਟਮ ਹੈ, ਕੇਸ ਚੱਲਦੇ ਰਹਿੰਦੇ ਨੇ, ਉਹਦੇ ਤੱਕ ਸਿਫਾਰਿਸ਼ਾਂ ਆ ਜਾਂਦੀਆਂ ਨੇ, ਲੋਕਲ ਲੋਕ ਇਨਵੋਲਵ ਹੋ ਜਾਂਦੇ ਨੇ, ਮਾਫ਼ੀ ਮੰਗਣਾ ਹੋ ਜਾਂਦਾ। ਤਾਂ ਅਸੀਂ ਚਾਹੁੰਦੇ ਹਾਂ ਕਿ ਇੱਕ ਸਖ਼ਤ ਕਾਨੂੰਨ ਬਣੇ
ਬੰਦੇ ਦੀ ਹਿੰਮਤ ਹੀ ਨਾ ਪਵੇ ਕਿ ਉਹ ਡਾਕਟਰ ਨੂੰ ਹੱਥ ਪਾ ਸਕਣ, ਤੇ ਜਿੱਥੇ ਸਰਕਾਰੀ ਹਸਪਤਾਲ ਹੈ ਉੱਥੇ ਪ੍ਰੋਪਰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ। ਤੁਸੀਂ ਸੁਣਿਆ ਹੋਏਗਾ ਪਿੱਛੇ ਹੋਇਆ ਸੀ ਕਿ ਗੋਲੀ ਚੱਲ ਗਈ ਰਾਜਪੁਰਾ 'ਚ ਅਤੇ ਉੱਥੇ ਹਪਾਟਲ ਹੋ ਗਿਆ। ਤੋ ਇੱਕ ਪ੍ਰੋਪਰ ਉੱਥੇ ਸਿਕਿਉਰਿਟੀ ਹੋਣੀ ਚਾਹੀਦੀ ਹੈ, ਸਿਕਿਉਰਿਟੀ ਜ਼ੋਨ ਹੋਣਾ ਚਾਹੀਦਾ, ਅਤੇ ਦੂਸਰਾ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ। ਸਾਡੀਆਂ ਮੰਗਾਂ ਇਹੀ ਨੇ, ਇੱਕ ਤਾਂ ਲੋਕਾਂ ਅੱਗੇ ਹੀ ਗੁਜ਼ਾਰਿਸ਼ ਹੈ ਕਿ ਇਹ ਆਪਣਾ ਮਿਸਬਿਹੇਵ ਨਾ ਕਰਨ, ਡਾਕਟਰਸ ਨੂੰ ਡਾਕਟਰ ਸਮਝਣ, ਇਨਸਾਨ ਸਮਝਣ, ਰੱਬ ਨਾ ਸਮਝਣ। ਦੂਸਰਾ ਸਾਡੀਆਂ ਮੰਗਾਂ ਇਹ ਨੇ ਕਿ ਇੱਕ ਸਖ਼ਤ ਕਾਨੂੰਨ ਸਰਕਾਰ ਵੱਲੋਂ ਬਣਾਇਆ ਜਾਵੇ ਤਾਂ ਕਿ ਲੋਕ ਇਹੋ ਜਿਹੇ ਕਦਮ ਡਾਕਟਰਸ ਦੇ ਅਗੇਂਸਟ ਚੱਕਣ ਤੋਂ ਪਹਿਲਾਂ ਸੋਚਣ। ਤੀਜਾ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਲਾਅ ਦਾ ਰਸਤਾ ਅਪਣਾ ਸਕਦਾ, ਉਹਦੇ 'ਚ ਲਾਅ ਬਣੇ ਹੋਏ ਨੇ, ਠੀਕ ਹੈ, ਉਹਦੇ ਅੰਡਰ ਉਹ ਡਾਕਟਰਸ ਦੇ ਅਗੇਂਸਟ ਕਰ ਸਕਦਾ। ਪਰ ਇਹ ਜਿਹੜੀ ਮਾਰਕਟ ਆਈ ਹੈ ਇਹ ਨਹੀਂ ਹੋਣੀ ਚਾਹੀਦੀ, ਸਖ਼ਤ ਕਾਨੂੰਨ ਹੋਣੇ ਚਾਹੀਦੇ ਨੇ। ਦੂਸਰਾ, ਇੱਕ ਪ੍ਰੋਟੈਕਸ਼ਨ ਜ਼ੋਨ ਹੋਣਾ ਚਾਹੀਦਾ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਜਿੱਥੇ ਜੂਨੀਅਰ ਰੈਜੀਡੈਂਟ, ਸੀਨੀਅਰ ਰੈਜੀਡੈਂਟ ਕੰਮ ਕਰਦੇ ਨੇ ਐਮਰਜੈਂਸੀ ਵਿੱਚ, ਉਹਨਾਂ ਨੂੰ ਪ੍ਰੋਪਰ ਪ੍ਰੋਟੈਕਸ਼ਨ ਦਿੱਤੀ ਜਾਣੀ ਚਾਹੀਦੀ। ਜੀ, ਮੈਂ ਡਾਕਟਰ ਨਿਧੀ ਬੰਸਲ, ਸੈਕਟਰੀ IMA ਪਟਿਆਲਾ। ਦੇਖੀਏ, ਰੋਸ਼ ਇਸ ਗੱਲ ਦਾ ਕਿ ਇੰਨੀ ਮਹਾਮਾਰੀ ਹੋਈ ਹੈ, ਉਸ ਤੋਂ ਪਹਿਲਾਂ ਵੀ ਹਰ ਡਾਕਟਰ ਆਪਣਾ ਘਰ ਛੱਡ ਕੇ ਮਰੀਜ਼ਾਂ ਦੀ ਤਵੱਜੋ ਦੇ ਵਿੱਚ ਦਿਨ ਰਾਤ ਲੱਗੇ। ਅਸੀਂ ਰੋਏ, ਥੱਕੇ, ਨਾ ਸੋਏ, ਅਸੀਂ ਕੰਮ ਕਰਦੇ ਰਹੇ। ਪਰ ਜੇਕਰ ਕੋਈ ਗੁਜ਼ਰ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਜਾਣਦਾ ਨਾ ਨੁਕਸਾਨ ਹੋ ਜਾਂਦਾ ਹੈ, ਉਹਦੇ ਵਿੱਚ ਡਾਕਟਰ ਕਿਸ ਤਰ੍ਹਾਂ ਜ਼ਿੰਮੇਵਾਰ? ਜੇ ਆਪਾਂ ਕਹੀਏ ਕਿ ਡਾਕਟਰ ਰੱਬ ਹੈ, ਅਤੇ ਰੱਬ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਨਾ ਤੁਹਾਨੂੰ ਸਭ ਨੂੰ ਸਵਾਸ ਬਖਸ਼ਣ ਦਾ। ਜੇ ਕਹੀਏ ਵੀ ਡਾਕਟਰ ਰੱਬ ਨਹੀਂ ਹੈਗਾ, ਇਨਸਾਨ ਹੈਗਾ, ਤਾਂ ਸਵਾਸ ਰੱਬ ਦੇ ਹੱਥ ਦੇ ਵਿੱਚ। ਦੋਨੋਂ ਹੀ ਹਾਲਾਤਾਂ ਦੇ ਵਿੱਚ ਜੇ ਤੁਸੀਂ ਡਾਕਟਰ ਨੂੰ ਰੱਬ ਮੰਨਦੇ ਹੋ ਤਾਂ ਉਹਦੇ ਨਾਲ ਮਾਰ ਕੁਟਾਈ ਤੋੜ ਫੋੜ ਕਿਉਂ? ਜੇ ਤੁਹਾਨੂੰ ਉਸ ਨੂੰ ਤੁਸੀਂ ਉਹਨੂੰ ਇਨਸਾਨ ਸਮਝਦੇ ਹੋ ਤਾਂ ਉਹਦੇ ਹੱਥ 'ਚ ਹੀ ਕੁਛ ਨਹੀਂ, ਤਾਂ ਉਹਦੇ ਖਿਲਾਫ ਕਿਉਂ ਇੰਨਾ ਸਭ ਬੁਰਾ ਹਾਲ? ਜੇ ਤੁਹਾਡੇ ਦਿਮਾਗ 'ਚ ਕਿਤੇ ਇਹ ਹੈਗਾ ਕਿ ਡਾਕਟਰ ਪੈਸੇ ਬਣਾਉਣ ਵਾਸਤੇ ਮਰੀਜ਼ ਨੂੰ ਮਾਰਦਾ ਹੈ, ਇਹ ਤੁਹਾਡੇ ਦਿਲਾਂ ਦੇ ਵਿੱਚ ਬਹੁਤ ਗਲਤ ਧਾਰਨਾਵਾਂ ਨੇ। ਇਹੋ ਜਿਹਾ ਪੈਸਾ ਕੋਈ ਨਹੀਂ ਕਮਾਉਣਾ ਚਾਹੁੰਦਾ। ਦੇਖੋ, ਅਗਰ ਜੇ ਤੁਸੀਂ ਕਹੋ ਕਿ ਸਾਡਾ ਮਰੀਜ਼ ਮਾਰਤਾ, ਇਹ ਡਾਕਟਰ ਕਦੇ ਨਹੀਂ ਕਰ ਸਕਦਾ। ਕੋਈ ਵੀ ਡਾਕਟਰ ਕੀ, ਡਾਕਟਰ ਤਾਂ ਪੂਰੀ ਸੋਸਾਇਟੀ ਦੇ ਉਹ ਬਣਦੇ ਹੁੰਦੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਮਮਤਾ, ਪਿਆਰ ਹੁੰਦਾ। ਮੈਂ ਤੁਹਾਨੂੰ ਇਹ ਗੱਲ ਬੜੇ ਤਸੱਲੀ ਨਾਲ ਕਹਿ ਸਕਦੀ ਹਾਂ, ਬੜੇ ਯਕੀਨ ਨਾਲ ਕਹਿ ਸਕਦੀ ਹਾਂ ਕਿ ਕੋਈ ਵੀ ਡਾਕਟਰ ਨਹੀਂ ਚਾਹੁੰਦਾ ਕਿ ਉਹਦੇ ਮਰੀਜ਼ ਦਾ ਨੁਕਸਾਨ ਹੋਵੇ। ਕੋਈ ਵੀ ਡਾਕਟਰ ਇਹ ਕਦੇ ਨਹੀਂ ਕਰਦਾ ਕਿ ਉਹਦੇ ਮਰੀਜ਼ ਨੂੰ ਕੋਈ ਵੀ ਤਕਲੀਫ ਹੋਵੇ। ਉਹਨੂੰ ਖੁਸ਼ੀ ਇਸ ਗੱਲ ਤੋਂ ਮਿਲਦੀ ਹੈ, ਉਹਨੂੰ ਪੈਸਾ ਵੀ ਇਸੀ ਗੱਲ ਤੋਂ ਮਿਲਦਾ ਜਦੋਂ ਮਰੀਜ਼ ਬਾਹਰ ਜਾ ਕੇ ਠੀਕ ਹੋ ਕੇ ਉਹਦਾ ਗੁਣਗਾਨ ਕਰਦਾ। ਉਹਦੀ ਤਸੱਲੀ ਹੀ ਉਸ ਚੀਜ਼ ਤੋਂ ਹੁੰਦੀ ਹੈ। ਲੇਕਿਨ ਅਗਰ ਜੇ ਤੁਹਾਡੇ ਮਰੀਜ਼ ਦਾ ਨੁਕਸਾਨ ਹੁੰਦਾ ਹੈ ਤੇ ਤੁਸੀਂ ਹਸਪਤਾਲ ਨੂੰ ਤੋੜ ਦਿਓ, ਤੁਸੀਂ ਡਾਕਟਰ ਨੂੰ ਫੋੜ ਦਿਓ, ਤੇ ਤੁਹਾਡਾ ਨੁਕਸਾਨ ਤਾਂ ਭਰਿਆ ਨਹੀਂ ਜਾ ਸਕਦਾ। ਤੁਸੀਂ ਨਾਲ ਜਿਹੜੇ ਦੂਜੇ ਮਰੀਜ਼ ਭਰਤੀ ਸੀਗੇ ਉਹਨਾਂ ਦਾ ਵੀ ਨੁਕਸਾਨ ਕਰਤਾ, ਹਸਪਤਾਲ ਦਾ ਤੁਸੀਂ ਨੁਕਸਾਨ ਕਰਤਾ, ਅੱਗੇ ਨੂੰ ਕੋਈ ਉੱਥੇ ਢੰਗ ਨਾਲ ਟ੍ਰੀਟ ਵੀ ਨਹੀਂ ਹੋਏਗਾ। ਤੇ ਮਾਰ ਕੁਟਾਈ, ਤੋੜ ਫੋੜ ਇਹ ਕੁਛ ਸਭੇ ਆਚਾਰ ਨਹੀਂ ਹੈਗੇ। ਜੇ ਤੁਸੀਂ ਕਿਸੇ ਗੱਲ ਤੋਂ ਖਫਾ ਹੋ, ਤੁਹਾਨੂੰ ਕੋਈ ਦੁੱਖ ਹੈ, ਤਕਲੀਫ ਹੈ, ਉਹਦੇ ਵਾਸਤੇ ਕਾਨੂੰਨ ਹੈ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਕਾਨੂੰਨੀ ਰਸਤਾ ਹਰ ਕਿਸੇ ਵਾਸਤੇ ਖੁੱਲ੍ਹਾ। ਸਰਕਾਰ ਨੇ ਜਿਹੜੇ ਨਿਯਮ ਬਣਾਏ ਨੇ, ਜਿਹੜੇ ਕਾਨੂੰਨ ਬਣਾਏ ਨੇ, ਉਹਨਾਂ ਦੀ ਪਾਲਣਾ ਕਰੋ, ਡਾਕਟਰ ਨਾਲ ਲੀਗਲ ਲੜਾਈ ਕਰੋ, ਕੋਈ ਦਿੱਕਤ ਨਹੀਂ। ਲੇਕਿਨ ਮਾਰ ਕੁਟਾਈ, ਹੱਥ ਅਫਾਈ, ਗੋਲੀ ਚਲਾਉਣਾ, ਤਲਵਾਰ ਚਲਾਉਣਾ, ਤੋੜ ਫੋੜ ਕਰਨਾ, ਪੂਰੀ ਕੀ ਪੂਰੀ ਮੌਬ ਲੈ ਕੇ ਜਨਤਾ ਨੂੰ ਇਕੱਠਾ ਕਰਕੇ ਹਸਪਤਾਲਾਂ ਦਾ ਘੇਰਾਵ ਕਰਨਾ, ਡਾਕਟਰਾਂ ਦਾ ਘੇਰਾਵ ਕਰਨਾ, ਇਹ ਕਿਹੜਾ ਸੱਭਿਆਚਾਰ ਹੈ? ਇਹਦੇ ਵਿੱਚ ਤਾਂ ਤੁਸੀਂ ਇਹ ਕਹਿੰਦੇ ਹੋ ਵੀ ਜੇ ਸਾਡੀ ਆਪਣੀ ਤਬੀਅਤ ਖਰਾਬ ਹੋ ਗਈ, ਸਾਡੀ ਹਾਲਾਤ ਖਰਾਬ ਨੇ, ਤਾਂ ਸਾਨੂੰ ਇਲਾਜ ਨਾ ਦਿਓ, ਸਾਨੂੰ ਐਂਬੂਲੈਂਸਾਂ ਦੇ ਵਿੱਚ ਇੱਧਰ ਤੋਂ ਉੱਧਰ ਗੇੜੇ ਕਢਵਾਓ, ਫਿਰ ਡਾਕਟਰ ਇਹੀ ਕਰਨਗੇ। ਜੇ ਤੁਸੀਂ ਇਹ ਸਭ ਕਰੋਗੇ ਤੇ ਤੁਸੀਂ ਐਂਬੂਲੈਂਸਾਂ ਦੇ ਵਿੱਚ ਇੱਧਰ ਤੋਂ ਉੱਧਰ ਘੁੰਮਦੇ ਰਹੋਗੇ, ਕਿਉਂਕਿ ਕੋਈ ਵੀ ਤੁਹਾਨੂੰ ਹੱਥ ਪਾਉਣ ਦੇ ਡਰੇਗਾ ਕਿ ਕਹੀਂ ਤੁਹਾਡਾ ਕੋਈ ਨੁਕਸਾਨ ਹੋ ਗਿਆ, ਤੁਸੀਂ ਮੈਨੂੰ ਮਾਰ ਦੋਗੇ। ਇਹ ਨਾ ਕਰੋ ਵੀਰੇ, ਤੁਹਾਡੇ ਹੱਥ ਜਿਹੜੇ ਜੋ ਤੁਹਾਡੀ ਬਿਮਾਰੀ ਦੇ ਵਿੱਚ ਜਿਹੜੇ ਹੱਥ ਤੁਹਾਡੇ ਸਿਰ ਤੇ ਪਿਆਰ ਦਾ ਹੱਥ ਭਰਦੇ ਨੇ, ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਹੱਥਾਂ ਨੂੰ ਨਾ ਦਿਓ। ਇਸੇ ਬਾਰੇ ਅੱਜ ਇਹ ਰੋਸ ਪ੍ਰਦਰਸ਼ਨ ਹੈਗਾ ਕਿ ਕਾਨੂੰਨ ਹੈ ਪਰ ਉਹਨਾਂ ਦੀ ਸਖਤੀ ਨਾਲ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ। ਪਹਿਲੇ ਤਾਂ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਫਰੇਮ ਕੀਤਾ ਜਾਵੇ, ਇੰਨੇ ਸਖਤ ਕਾਨੂੰਨ ਹੋਵੇ ਕਿ ਕੋਈ ਵੀ ਕਿਸੇ ਡਾਕਟਰ ਦੇ ਨਾਲ, ਹਸਪਤਾਲ ਦੇ ਨਾਲ ਗਲਤ ਬਿਹੇਵੀਅਰ ਕਰਦੇ 10 ਵਾਰ ਸੋਚੇ, ਉਹਦੀ ਹਿੰਮਤ ਨਾ ਪਏ ਇਹ ਗਲਤ ਕੰਮ ਕਰਨ ਦੀ। ਦੂਜੀ ਗੱਲ, ਜਿਹੜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਉਦਾਹਰਣ ਪੇਸ਼ ਹੋਵੇ ਪੂਰੇ ਸਮਾਜ ਦੇ ਸਾਹਮਣੇ ਕਿ ਤੁਸੀਂ ਇਸ ਤਰ੍ਹਾਂ ਆਪਣੇ ਬਚਾਉਣ ਵਾਲਿਆਂ ਦੇ ਨਾਲ ਬਿਹੇਵ ਨਹੀਂ ਕਰ ਸਕਦੇ। ਤੀਜੀ ਗੱਲ,
ਹਸਪੀਟਲਸ ਕੋਈ ਵੀ ਹੈਗੇ ਆ ਉਹਨਾਂ ਨੂੰ ਸਰਕਾਰ ਇੰਨਾ ਵਿਸ਼ਵਾਸ ਦੇਵੇ ਕਿ ਤੁਸੀਂ ਇੱਕ ਸੁਰੱਖਿਅਤ ਮਾਹੌਲ ਦੇ ਵਿੱਚ ਕੰਮ ਕਰ ਸਕਦੇ ਹੋ। ਹਸਪੀਟਲਸ ਨੂੰ ਸੇਫ ਜ਼ੋਨਸ ਡਿਕਲੇਅਰ ਕੀਤਾ ਜਾਵੇ, ਹਸਪਤਾਲ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਫਾਇਰ ਆਰਮ ਕੋਈ ਹਥਿਆਰ ਕੁਛ ਵੀ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਬਹੁਤ ਜ਼ਿਆਦਾ ਲੋਕਾਂ ਦਾ ਜਮਾਓ ਜਿਹਨੂੰ ਮੌਬ ਕਹਿੰਦੇ ਆ ਉਹ ਇਕੱਠੇ ਹੋਣ ਦੀ ਇਜਾਜ਼ਤ ਹਸਪਤਾਲ ਦੇ ਆਸ ਪਾਸ ਨਹੀਂ ਹੋਣੀ ਚਾਹੀਦੀ। ਜੇ ਇਹੋ ਜਿਹਾ ਸੁਰੱਖਿਅਤ ਮਾਹੌਲ ਤੁਸੀਂ ਡਾਕਟਰਾਂ ਨੇ ਦਿਓਗੇ ਤੇ ਸਮਾਜ ਦੀ ਹੈਲਥ ਵਾਸਤੇ ਸਮਾਜ ਦੀ ਸਿਹਤ ਵਾਸਤੇ ਬਹੁਤ ਅੱਛਾ।